ਜੇ ਸੋ ਚੰਦਾ ਉਗਵਹੇ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਆਓ ਪਿਆਰ ਵਿੱਚ ਸਰਬੱਤ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਨੇ ਕਵੀਸ਼ਰ ਜਥਾ ਭਾਈ ਲੱਖਾ ਸਿੰਘ ਭੌਰ ਮਠੋਲੇ ਵਾਲਾ, ਨਾਲ ਸਾਥ ਦੇ ਰਹੇ ਨੇ ਭਾਈ ਮੋਹਨ ਸਿੰਘ ਜੀ ਲੀਲ ਕਲਾਂ ਸਿੰਦਰ ਮਠੋਲੇ ਵਾਲਾ, ਅਨੋਕ ਸਿੰਘ ਸੋਨੀ ਸੋਹੀਆਂ ਵਾਲਾ, ਸਤਨਾਮ ਸਿੰਘ ਚੀਮਿਆਂ ਵਾਲਾ, ਬਹੁਤ ਸਾਰਾ ਸਹਿਯੋਗ ਬਾਬਾ ਸੁਖਦੇਵ ਸਿੰਘ ਜੀ ਬੇਦੀ 16ਵੀਂ ਸੰਤਾਨ, ਜਿਨ੍ਹਾਂ ਦਾ ਉਦਮ ਸਦਕਾ ਚੋਲਾ ਸਾਹਿਬ ਦਾ ਪ੍ਰਸੰਗ ਸੰਗਤਾਂ ਤੱਕ ਪਹੁੰਚਾਇਆ ਜਾ ਰਿਹਾ। ਸੁਣੋ ਚੋਲਾ ਸਾਹਿਬ ਕਿੱਥੋਂ ਮਿਲਿਆ, ਡੇਰਾ ਬਾਬਾ ਨਾਨਕ ਕਿਵੇਂ ਪਹੁੰਚਿਆ। ਹਜ਼ੂਰ ਨੇ ਵਾਹੀ ਦਾ ਕੰਮ ਕਰਨ ਦੇ ਨਾਲ ਨਾਲ ਲੋਕਾਂ ਨੂੰ ਦੱਸ ਦਿੱਤਾ, ਉਹ ਲੋਕੋ ਅਕਾਲ ਪੁਰਖ ਉਜਾੜਾਂ ਵਿੱਚ ਬਹਿ ਕੇ ਜੰਡਾਂ ਨਾਲ ਲਮਕ ਕੇ ਧੂਵੇਂ ਤਾ ਕੇ ਚਿੱਟੇ ਕੱਪੜੇ ਪਾ ਕੇ ਜਾਂ ਰਾਹਾਂ ਵਿੱਚ ਨਹਾਉਣ ਕਰਕੇ ਨਹੀਂ ਮਿਲਦਾ। ਸੰਨ 1532 ਨੂੰ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਦਰ ਉੱਤੇ ਪਹੁੰਚੇ, 40 ਕਿਲੋ ਲੂਣ ਦੀ ਪੰਡ ਜਾ ਕੇ ਕਰਤਾਰਪੁਰੇ ਰੱਖੀ। ਮਾਤਾ ਸੁਲੱਖਣੀ ਨੇ ਜਲ ਪਾਣੀ ਛਕਾਇਆ। ਭਾਈ ਲਹਿਣੇ ਨੇ ਆਖਿਆ ਗੁਰੂ ਸਾਹਿਬ ਕਿੱਥੇ ਨੇ, ਇਹਨੇ ਆਖਿਆ ਗੁਰੂ ਸਾਹਿਬ ਖੇਤਾਂ ਵਿੱਚ ਕੰਮ ਕਰ ਰਹੇ ਨੇ। ਭਾਈ ਲਹਿਣਾ ਖੇਤਾਂ ਵਿੱਚ ਪਹੁੰਚਿਆ, ਅੱਗੇ ਗੁਰੂ ਨਾਨਕ ਉਡੀਕ ਰਹੇ ਸਨ, ਭਾਈ ਲਹਿਣਿਆ ਆ ਗਿਆ, ਘਾਹ ਦੀ ਪੰਡ ਪਾ। ਚੁੰਦੇ ਹੋਏ ਗਾਰੇ ਵਾਲੇ ਘਾਹ ਦੀ ਪੰਡ ਪਾ ਕੇ ਹਜ਼ੂਰ ਨੇ ਭਾਈ ਲਹਿਣੇ ਦੇ ਸਿਰ ਉੱਤੇ ਰੱਖੀ। ਰੇਸ਼ਮੀ ਚੋਲਾ ਗਾਰੇ ਚਿੱਕੜ ਦੇ ਤੁਬਕੇ ਡਿੱਗ ਡਿੱਗ ਕੇ ਖਰਾਬ ਹੋ ਗਿਆ। ਘਰ ਪਹੁੰਚਿਆ, ਮਾਤਾ ਸੁਲੱਖਣੀ ਨੇ ਆਖਿਆ ਸਵਾਮੀ ਜੀ ਅਜੇ ਹੁਣ ਕਿੱਡੀ ਦੂਰੋਂ ਲੂਣ ਦੀ ਪੰਡ ਚੁੱਕੀ ਆਇਆ, ਤੁਸੀਂ ਫਿਰ ਕਿੱਡੀ ਭਾਰੀ ਪੰਡ ਇਹਦੇ ਸਿਰ ਉੱਤੇ ਚੁਕਾ ਦਿੱਤੀ ਹੈ, ਮੇਰਾ ਦੇ ਦਾਤੇ ਮਿਹਰ ਬਚਾਏ। ਕਹਿਣ ਲੱਗੇ ਭੋਲੀਏ ਕਿਹੜੀ ਪੰਡ ਦੀਆਂ ਗੱਲਾਂ ਕਰਦੀ ਹੈ, ਅਜੇ ਤਾਂ ਪੂਰੇ ਜ਼ਮਾਨੇ ਦਾ ਭਾਰ ਮੈਂ ਇਹਦੇ ਸਿਰ ਉੱਤੇ ਸੁੱਟ ਦੇਣਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਮਾਤਾ ਸੁਲੱਖਣੀ ਨੂੰ ਕਹਿ ਰਹੇ ਹੈ ਆਉਣ ਵਾਲੇ ਸਮੇਂ ਦੀ ਅਡੀਕ ਕਰ ਕੀ ਹੋਵੇਗਾ। ਮੇਰੇ ਸਾਥੀ ਇਹ ਛੰਦ ਵਿੱਚ ਹੈ ਇਉਂ ਕਹਿ ਰਹੇ, ਅੱਖਾਂ ਬੰਦ ਕਰਕੇ ਬਹਿ ਜਾ ਕੋਲ ਮੇਰੇ, ਆਦੇ ਅੰਤ ਦੀ ਸੈਰ ਕਰਾ ਦਿਆਂ ਮੈਂ, ਇੱਕ ਰੇਸ਼ਮੀ ਚੋਲੇ ਦੀਆਂ ਕਰੇ ਗੱਲਾਂ, ਤੇਰਾ ਸਦਾ ਦਾ ਭਰਮ ਮਿਟਾ ਦਿਆਂ ਮੈਂ। ਹੋਏ ਦਾ ਨਾਂ ਲੈਣਾ ਐਸਾ ਬੜਾ ਦੇਣਾ, ਕਾੜੇ ਜਬਰ ਤੇ ਸਬਰ ਦਾ ਟੁੱਟਣਾ ਏ, ਕਿਹੜੇ ਭਾਰ ਤੇ ਪੰਡ ਦੀਆਂ ਕਰੇ ਗੱਲਾਂ, ਪੂਰੇ ਜੱਗ ਦਾ ਭਾਰ ਮੈਂ ਸੁੱਟਣਾ ਏ। ਗਾਰੇ ਚਿੱਕੜ ਦੇ ਤੁਬਕੇ ਜੋ ਡੁੱਲਦੇ ਨੇ, ਨਿਰਾ ਕੇਸਰ ਸੁਲੱਖਣੀ ਡੁੱਲਦਾ ਏ, ਜਿੰਨੇ ਜਬਰ ਜਨਾ ਨੂੰ ਨੱਥ ਪਾਉਣੀ, ਬੂਹਾ ਉਸ ਸਕੂਲ ਦਾ ਖੁੱਲਦਾ ਏ। ਉਹ ਸਮੇਂ ਸਮੇਂ ਨਾ ਬਣੂਗਾ ਹੈਡ ਮਾਸਟਰ, ਜਿੰਨੇ ਪ੍ਰੇਮ ਪ੍ਰਾਣੀ ਨਾ ਕੁੱਟਣਾ ਏ, ਕਿਹੜੇ ਭਾਰ ਤੇ ਪੰਡ ਦੀਆਂ ਕਰੇ ਗੱਲਾਂ, ਪੂਰੇ ਜੱਗ ਦਾ ਭਾਰ ਮੈਂ ਸੁੱਟਣਾ ਏ। ਇੱਥੇ ਆਊ ਹਮਾਜੂ ਸ਼ੇਰ ਸਾਹ ਸੂਰੀ, ਸੇਵਨਾਥ ਤੇ ਹੋਰ ਕੀ ਕਸ਼ਟ ਆਉਣੇ, ਇਹ ਘਾਹ ਨੀ ਸੋਨੇ ਦਾ ਛਤਰੀ ਅੜੀਏ, ਕਈ ਫੇਲ ਹੋਣੇ ਕਈ ਫਸਟ ਆਉਣੇ। ਹੋ ਨੀ ਵਰਦਿਆਂ ਛੁੱਟੀ ਨੀ ਕਰਨਗੇ ਓ, ਪੈਰ ਢੋ ਢੋ ਜਿੰਨਾ ਨੇ ਪੁੱਟਣਾ ਏ, ਕਿਹੜੇ ਭਾਰ ਤੇ ਪੰਡ ਦੀਆਂ ਕਰੇ ਗੱਲਾਂ, ਪੂਰੇ ਜੱਗ ਦਾ ਭਾਰ ਮੈਂ ਸੁੱਟਣਾ ਏ। ਇੱਕ ਦਿਨ ਹੋਊਗਾ ਸਾਂਝਾ ਇਹ ਸਾਰਿਆਂ ਦਾ, ਰੁੱਖ ਰੰਗ ਤੇ ਸਮੇਂ ਦਾ ਢੰਗ ਪਲਟੂ, ਹੋਣੀ ਸਖਤ ਪੜ੍ਹਾਈ ਸੁਲੱਖਣੀ ਜੀ, ਨਾਲੇ ਰੰਗ ਪਲਟੂ ਨਾਲੇ ਅੰਗ ਪਲਟੂ। ਕਹਿੰਦੇ ਨਾਲ ਕਾਨੂੰਨ ਕਿਤਾਬ ਪਲਟੂ, ਮਜ਼ਾ ਜ਼ਿੰਦਗੀ ਦਾ ਕਈਆਂ ਨੇ ਲੁੱਟਣਾ ਏ, ਕਿਹੜੇ ਭਾਰ ਤੇ ਪੰਡ ਦੀਆਂ ਕਰੇ ਗੱਲਾਂ, ਪੂਰੇ ਜੱਗ ਦਾ ਭਾਰ ਮੈਂ ਸੁੱਟਣਾ ਏ। ਡਿਗਰੀ ਕਰਨ ਲਈ ਕਈ ਕਈ ਟੈਸਟ ਹੋਣੇ, ਲਾਲ ਸ਼ਾਹੀ ਤੇ ਲਾਲ ਈ ਪਿੰਨ ਹੋਣੇ, ਇੱਕ ਪਾਉ ਸਵਾਲ ਕੱਢੂ ਇੱਕ ਜਾਣਾ, ਨੰਬਰ ਦੇਣ ਵਾਲੇ ਚਾਰ ਜਾਂ ਤਿੰਨ ਹੋਣੇ। ਉਹ ਦੰਗ ਰਹਿਣਗੇ ਪਾਸ ਫਿਰ ਕਰਨ ਵਾਲੇ, ਹੱਥੋਂ ਕਲਮ ਜਵਾਬ ਦੀ ਸੁੱਟਣਾ ਏ, ਕਿਹੜੇ ਭਾਰ ਤੇ ਪੰਡ ਦੀਆਂ ਕਰੇ ਗੱਲਾਂ, ਪੂਰੇ ਜੱਗ ਦਾ ਭਾਰ ਮੈਂ ਸੁੱਟਣਾ ਏ। ਇੱਕ ਇੱਕ ਤੇ ਬੋਲੀਏ ਗੱਲ ਆਉਣੀ,
गल आनी उदो समय का होर ही टंग होना अगे नालों भी भारी ए होर होनी अखा बंद रख के हो जा जंग होना जदों असल नतीजे ते गल आई फिर सच तो कूड़ ने खुटना है केड़े पार ते पांड दिया करे गल्ला पूरे जग दा पार मैं सुटना है आखर विच पढ़ाई एनी सख्त होनी 40-41-42 होने पढ़ने वाले अगे हो की भोर मठोली आके मोण चीमिया जान दे करन वाले बन टुटना भाखड़ा डैम वाला गला कूड़दा जिसने कुटना है केड़े पार ते पांड दिया करे गल्ला पूरे जग दा पार मैं सुटना है।